ਲਖਣ ਮਾ ਮੈਂ ਬਿਨਾਂ ਕਿਸੇ ਲਿਖਣ ਵਾਲੇ ਦੀ ਸਹਾਇਤਾ ਦੇ ਮੈਂ ਆਪਣਾ ਪੇਪਰ ਖੁਦ ਲਿਖਿਆ। ਸੂਰ ਦੇ ਰਹਿਣ ਵਾਲੇ ਮੀਤਵਾ ਸੂਡਵਾਡੀਆ ਆਪਣੇ ਖੱਬੇ ਅਤੇ ਸੱਜੇ ਹੱਥ ਦੀਆਂ ਉਂਗਲਾਂ ਗਵਾਉਣ ਦੇ ਬਾਵਜੂਦ ਵੀ ਪੜ੍ਹਾਈ ਲਈ ਡਟੇ ਹੋਏ ਨੇ। ਉਹਨਾਂ ਨੇ ਪੇਪਰ ਲਿਖਣ ਲਈ ਆਪਣੇ ਅੰਗੂਠੇ ਦੀ ਵਰਤੋਂ ਕੀਤੀ ਅਤੇ 10ਵੀਂ ਜਮਾਤ ਪਾਸ ਕਰ ਲਈ। ਮੀਤਵਾ ਨੇ 99 ਫੀਸਦ ਅੰਕ ਹਾਸਲ ਕਰਕੇ A2 ਗ੍ਰੇਡ ਹਾਸਲ ਕੀਤੀ ਏ। ਮੈਂ 10ਵੀਂ ਜਮਾਤ ਦੀ ਸ਼ੁਰੂਆਤ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਂ ਅਕਾਦਮਿਕ ਸਾਲ ਦੇ ਪਹਿਲੇ ਦਿਨ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਆਪਣੀ ਪੜ੍ਹਾਈ ਲਈ ਟਾਈਮ ਟੇਬਲ ਬਣਾਇਆ। ਹੌਲੀ ਹੌਲੀ ਮੈਂ ਲਿਖਣ ਦਾ ਅਭਿਆਸ ਵੀ ਕਰਨਾ ਸ਼ੁਰੂ ਕਰ ਦਿੱਤਾ। ਮੈਂ ਹਰ ਰੋਜ਼ ਲਗਭਗ 4 ਘੰਟੇ ਪੜ੍ਹਦਾ ਲਿਖਦਾ ਸੀ। 4 ਕਲਾਕ ਲਖਵਾਨੇ ਵਾਚਵਾਵਾਂ ਕੱਟਦਾ ਹੋਤੋ। ਪ੍ਰੀਖਿਆਰਥੀ ਅਜਿਹੀਆਂ ਸਥਿਤੀਆਂ ਵਿੱਚ ਕਿਸੇ ਲਿਖਣ ਵਾਲੇ ਦੀ ਸਹਾਇਤਾ ਲੈ ਸਕਦਾ ਏ, ਪਰ ਮੀਤਵਾ ਨੇ ਇਸ ਵਿਕਲਪ ਦੀ ਚੋਣ ਨਹੀਂ ਕੀਤੀ। ਉਹਨਾਂ ਨੇ ਆਪਣੇ ਪੇਪਰ ਖੁਦ ਦੇਣ ਦਾ ਫੈਸਲਾ ਕੀਤਾ। ਮੇਰੇ ਵਰਗੇ ਲੋਕਾਂ ਨੂੰ ਪੇਪਰ ਸ਼ੁਰੂ ਕਰਨ ਵਿੱਚ ਅੱਧਾ ਘੰਟਾ ਲੱਗ ਜਾਂਦਾ ਹੈ। ਮੈਂ ਆਪਣੇ ਲਿਖਣ ਦੀ ਸਪੀਡ 'ਤੇ ਕੰਮ ਕੀਤਾ ਸੀ। ਮੈਂ ਪਹਿਲਾਂ ਲੰਮੇ ਸਵਾਲਾਂ ਦੇ ਜਵਾਬ ਤੇਜ਼ੀ ਨਾਲ ਲਿਖਣੇ ਸ਼ੁਰੂ ਕਰ ਦਿੱਤੇ। ਇਮਤਿਹਾਨ ਦੇ ਦੌਰਾਨ ਮੈਂ ਦੇਖਿਆ ਕਿ ਮੈਨੂੰ ਜਵਾਬ ਲਿਖਣ ਵਿੱਚ ਬਹੁਤ ਸਮਾਂ ਨਹੀਂ ਲੱਗ ਰਿਹਾ ਸੀ। ਮੈਂ ਇਮਤਿਹਾਨ ਦੌਰਾਨ ਸਵਾਲਾਂ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਜਵਾਬਾਂ ਬਾਰੇ ਹੌਲੀ ਹੌਲੀ ਸੋਚਿਆ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਸਿਰਫ ਮੇਰਾ ਦਿਮਾਗ ਹੀ ਨਹੀਂ ਸਗੋਂ ਮੇਰੇ ਹੱਥ ਵੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਕਾਰਨ ਮੈਂ ਇਮਤਿਹਾਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਮੈਂ ਸ਼ੁਰੂ ਤੋਂ ਹੀ ਮਨ ਬਣਾ ਲਿਆ ਸੀ ਕਿ ਮੈਂ ਆਪਣਾ ਸਾਰਾ ਕੰਮ ਆਪ ਹੀ ਕਰਾਂਗਾ। ਇਸ ਕਾਰਨ ਮੈਂ ਆਪਣੇ ਲਿਖਣ ਦੇ ਹੁਨਰ 'ਤੇ ਸਖ਼ਤ ਮਿਹਨਤ ਕੀਤੀ ਸੀ। ਮੈਂ ਸਕਾਰਾਤਮਕ ਹਾਂ ਕਿ ਮੈਨੂੰ ਭਵਿੱਖ ਵਿੱਚ ਕਿਸੇ ਤੋਂ ਸਹਾਇਤਾ ਦੀ ਲੋੜ ਨਹੀਂ ਪਵੇਗੀ। ਮੈਂ ਭਵਿੱਖ ਵਿੱਚ ਆਪਣੇ ਦਮ 'ਤੇ ਅੱਗੇ ਵਧਾਂਗਾ। ਇਸੇ ਮਤੇ ਕਾਰਨ ਮੈਂ ਪ੍ਰੀਖਿਆ ਦੇਣ ਲਈ ਲੇਖਕ ਦੀ ਚੋਣ ਨਹੀਂ ਕੀਤੀ। ਮੀਤਵਾ ਨੇ ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕੀਤੇ ਨੇ ਅਤੇ ਉਹ ਭਵਿੱਖ ਵਿੱਚ ਵੀ ਹੋਰ ਪ੍ਰਾਪਤੀਆਂ ਦੀ ਇੱਛਾ ਰੱਖਦੇ ਨੇ। ਮੀਤਵਾ ਨੂੰ ਲੱਗਦਾ ਹੈ ਕਿ ਉਸਦੇ ਸੰਘਰਸ਼ ਵਿੱਚ ਉਸਦੇ ਮਾਤਾ ਪਿਤਾ ਦਾ ਵੱਡਾ ਸਹਾਰਾ ਰਿਹਾ। ਉਸਦੇ ਪਿਤਾ ਇੱਕ ਹੀਰਾ ਯੂਨਿਟ ਵਿੱਚ ਕੰਮ ਕਰਦੇ ਨੇ ਅਤੇ ਮਾਂ ਇੱਕ ਘਰੇਲੂ ਔਰਤ ਹੈ। ਜਦੋਂ ਮੀਤਵਾ ਸਿਰਫ 5 ਸਾਲ ਦਾ ਸੀ ਤਾਂ ਖੇਡਦੇ ਸਮੇਂ ਉਸਨੂੰ ਕਰੰਟ ਲੱਗ ਗਿਆ ਸੀ। ਉਹ ਸ਼ੁਰੂ ਤੋਂ ਹੀ ਪੜ੍ਹਾਈ ਕਰਨਾ ਚਾਹੁੰਦਾ ਸੀ। ਜਦੋਂ ਮੈਂ ਪਹਿਲੀ ਵਾਰ ਉਸਨੂੰ ਘਰ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਲੋਕ ਮੈਨੂੰ ਪੁੱਛਦੇ ਸਨ ਕਿ ਉਹ ਕਿਵੇਂ ਲਿਖਦਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਇਹ ਮੇਰੀ ਮਰਜ਼ੀ ਹੈ। ਹੌਲੀ ਹੌਲੀ ਉਸਨੇ ਸੁਧਾਰ ਦਿਖਾਉਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਉਸਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਉਹ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਦੋਵੇਂ ਹੱਥਾਂ ਨਾਲ ਲਿਖਦਾ ਸੀ। ਉਸ ਤੋਂ ਬਾਅਦ ਮੈਂ ਉਸਨੂੰ ਆਪਣੇ ਸੱਜੇ ਹੱਥ ਨਾਲ ਲਿਖਣਾ ਸਿਖਾਇਆ, ਪਰ ਆਖਿਰਕਾਰ ਉਸਦੀ ਸੱਜੀ ਬਾਂਹ ਕੱਟ ਦਿੱਤੀ ਗਈ। ਨਤੀਜੇ ਵਜੋਂ ਮੈਂ ਉਸਨੂੰ ਖੱਬੇ ਹੱਥ ਨਾਲ ਲਿਖਣਾ ਸਿਖਾਉਣਾ ਸ਼ੁਰੂ ਕੀਤਾ। ਉਹ ਸਿਰਫ ਆਪਣੇ ਖੱਬੇ ਅੰਗੂਠੇ ਨਾਲ ਹੀ ਲਿਖ ਸਕਦਾ ਸੀ, ਫਿਰ ਵੀ ਉਹ ਲਿਖਣ ਦੇ ਯੋਗ ਹੈ। ਪਛੇ ਨੂੰ ਆਦਤ ਪੈ ਗਈ, ਪਛੋ ਪਛੋ ਇਹਨੇ ਹੱਥ ਦਬਾ ਤੇ ਪਛੋ ਇਹਨੇ ਲਖਵਾਨੇ ਪ੍ਰੈਕਟਿਸ ਪੜਾਵੀ ਪੜੀ।